ਹਾਂਜੀ, ਸਵਾਗਤ ਹੈ ਆਪ ਸਭ ਦਾ ਪੰਜਾਬੀ ਮਿਸ਼ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਹਾਂ ਜੀ 25 ਤਰੀਕ ਦੀਆਂ ਨਵੀਆਂ ਤਾਜ਼ੀਆਂ ਅਪਡੇਟ। ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ। ਵੀਡੀਓ ਨੇ ਪੂਰੇ ਜ਼ਰੂਰ ਸੁਣਿਆ ਤਾਂ ਕਿ ਤੈਨੂੰ ਸਾਰੀਆਂ ਅਪਡੇਟ ਪਤਾ ਲੱਗ ਜਾ ਕਰਨ ਹਰ ਰੋਜ਼। ਸ਼ੁਰੂ ਕਰਦੇ ਹਾਂ ਜੀ ਦੀ ਪਹਿਲੀ ਖਬਰ। ਪਹਿਲੀ ਅਪਡੇਟ ਆ ਰਹੀ ਹੈਗੀ ਹੈ ਜੀ ਅੱਜ ਇਜ਼ਰਾਈਲ ਤੋਂ। ਇਜ਼ਰਾਈਲ ਵੱਲੋਂ ਅੱਜ ਅਟੈਕ ਕੀਤਾ ਗਿਆ ਆ ਲੇਬਨਨ ਕੰਟਰੀ ਜਿਹੜੀ ਹੈ ਉਸ ਦੇ ਉੱਤੇ। ਲੇਬਨਨ ਕੰਟਰੀ ਜਿਹੜਾ ਸਾਊਥ ਦਾ ਇਲਾਕਾ ਆ ਉਸ ਦੇ ਉੱਤੇ ਇਜ਼ਰਾਈਲ ਨੇ ਅੱਜ ਅਟੈਕ ਕੀਤਾ, ਅਤੇ ਉਹਦੇ ਜਵਾਬ ਦੇ ਵਿੱਚ ਜਿਹੜੇ ਹਿਜ਼ਬੁੱਲਾ ਨਾਮ ਦਾ ਉੱਥੇ ਗਰੁੱਪ ਹੈ ਉਸ ਗਰੁੱਪ ਵੱਲੋਂ ਵੀ ਵਾਪਸ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਗਿਆ ਹੈ, ਅਤੇ ਉਹਨਾਂ ਵੱਲੋਂ 320 ਮਿਸਾਈਲਾਂ ਅਤੇ ਡਰੋਨ ਜਿਹੜੇ ਆ ਛੱਡੇ ਗਏ ਆ ਇਜ਼ਰਾਈਲ ਦੇ ਉੱਤੇ, ਅਤੇ ਕਾਫੀ ਵੱਡੇ ਲੈਵਲ ਦਾ ਜਿਹੜਾ ਹਮਲਾ ਹੋਇਆ ਇਹ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਜੀ ਵੀ ਇਸ ਵਕਤ ਜਿਹੜੇ ਉੱਥੇ ਦੇ ਗਾਜ਼ਾ ਦੇ ਵਿੱਚ ਰਹਿਣ ਵਾਲੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ, ਪਾਣੀ ਦੀ ਜਿਹੜੀ ਹੈ ਇੰਨੀ ਜ਼ਿਆਦਾ ਕਟੌਤੀ ਹੋ ਚੁੱਕੀ ਹੈ, ਉੱਥੇ ਪਾਣੀ ਬਹੁਤ ਘੱਟ ਗਿਆ ਹੈ, ਅਤੇ ਜਿਹੜੇ ਛੋਟੇ ਬੱਚੇ ਆ ਉਹ ਜਿਹੜੇ ਸੜਕਾਂ ਦੇ ਉੱਤੇ ਪਾਣੀ ਹੈਗਾ ਆ ਥੋੜ੍ਹਾ ਬਹੁਤਾ ਉਹੀ ਪਾਣੀ ਪੀ ਰਹੇ ਆ। ਅਤੇ ਦੱਸਿਆ ਜਾ ਰਿਹਾ ਜੀ ਉੱਥੇ ਪੋਲਮੋਨਾਈਟ ਨਾਮ ਦੀ ਜਿਹੜੀ ਬਿਮਾਰੀ ਹੈਗੀ ਹੈ ਛੋਟੇ ਬੱਚੇ ਜਿਹੜੇ ਆ ਕੁਝ ਮਹੀਨਿਆਂ ਦੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਆ ਰਹੀ ਆ, ਅਤੇ ਇਹਦੇ ਉੱਤੇ ਹਲੇ ਜਿਹੜੀ WHO ਦਾ ਵੀ ਬਿਆਨ ਆਇਆ ਸੀ ਉਹ ਕਹਿ ਰਹੇ ਸੀਗੇ ਵੀ ਇਸ ਦੇ ਉੱਤੇ ਇੱਕ ਰੋਕਣ ਦੀ ਲੋੜ ਹੈ ਇਸ ਚੀਜ਼ ਨੂੰ। ਅਤੇ ਤਕਰੀਬਨ ਇਸ ਵਕਤ 3,40,000 ਬੱਚਾ ਆ ਉੱਥੇ ਗਾਜ਼ਾ ਦੇ ਵਿੱਚ, ਅਤੇ ਜੇਕਰ ਇਹਨਾਂ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ ਇਹਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਦੇਣਾ ਪੈਣਾ ਤਾਂ ਕਿ ਇਹਨਾਂ ਬੱਚਿਆਂ ਦਾ ਇਸ ਬਿਮਾਰੀ ਦੇ ਨਾਲ ਕੋਈ ਹੋਰ ਬਿਮਾਰੀ ਨਾ ਲੱਗੇ। ਪਰ ਇਹ ਕੰਮ ਕਰਨਾ ਕਾਫੀ ਮੁਸ਼ਕਲ ਹੈ ਕਿਉਂਕਿ ਲੜਾਈ ਲੜੀ ਰੋਕਣੀ ਪਵੇਗੀ ਫਿਰ ਇਹ ਸਾਰਾ ਕੰਮ ਵੈਕਸੀਨੇਸ਼ਨ ਦਾ ਪੂਰਾ ਹੋਣਾ ਆ। ਇਸ ਤੋਂ ਅੱਗੇ ਚੱਲਦੇ ਹਾਂ ਜੀ ਅਗਲੀ ਖਬਰ ਦੇ ਬਾਅਦ। ਅਗਲੀ ਖਬਰ ਆਈ ਹੈਗੀ ਹੈ ਜਿਹੜੀ ਇੱਕ ਘਟਨਾ ਵਾਪਰੀ ਹੈ ਜੀ ਕੱਲ੍ਹ ਜਰਮਨੀ ਦੇ ਵਿੱਚ, ਅਤੇ ਉੱਥੇ ਜਿਹੜਾ ਅਟੈਕ ਹੋਇਆ ਹੈ ਹਮਲਾ ਹੋਇਆ ਹੈ ਉਹਦੇ ਉੱਤੇ ਸੀਰੀਆ ਦਾ ਬੰਦਾ ਇੱਕ ਫੜਿਆ ਗਿਆ ਹੈ, 26 ਸਾਲ ਦੀ ਇਸ ਦੀ ਉਮਰ ਹੈ, ਅਤੇ ਇਸ ਦਾ ਨਾਮ ਹੈਗਾ ਜੀ ਈਸਾ ਅਲ ਐਚ। ਅਤੇ ਇਹ ਜਿਹੜਾ ਬੰਦਾ ਆ ਇਹਨੇ ਕਨਫੈਸ ਕੀਤਾ ਆ ਵੀ ਮੈਂ ਹੀ ਹਮਲਾ ਕੀਤਾ ਆ ਉਹਨਾਂ ਲੋਕਾਂ ਦੇ ਉੱਤੇ ਅਤੇ ਮੇਰੇ ਕਰਕੇ ਹੀ ਜਾਨ ਗਈ ਆ ਉਹਨਾਂ ਲੋਕਾਂ ਦੀ, ਅਤੇ ਇਹ ਸੀਰੀਆ ਦਾ ਰਹਿਣ ਵਾਲਾ ਸੀਗਾ ਅਤੇ ਇਹਨੇ ਆਪਣੇ ਆਪ ਨੂੰ ਮੰਨਿਆ ਵੀ ਮੈਂ ਹੀ ਇਹਨੇ 3 ਲੋਕਾਂ ਦਾ ਕਤਲ ਕੀਤਾ ਅਤੇ ਬਾਕੀ 5 ਲੋਕ ਜ਼ਖਮੀ ਕੀਤੇ। ਇਹ ਬੰਦਾ ਜਰਮਨੀ ਦੇ ਵਿੱਚ 2020 ਦੇ ਵਿੱਚ ਆਇਆ ਸੀਗਾ, ਅਤੇ ਇੱਥੇ ਜਰਮਨੀ ਵਿੱਚ ਜਿਸ ਵਕਤ ਆਇਆ ਹੈ ਅਤੇ ਇਹਨੇ ਪਹਿਲਾਂ ਆ ਕੇ ਅਜ਼ੀਲ ਅਪਲਾਈ ਕੀਤੀ ਆਪਣੀ ਬੇਲਫੇਲਡ ਇਲਾਕੇ ਦੇ ਵਿੱਚ, ਪਰ ਇਹਦੇ ਉੱਤੇ ਪਹਿਲਾਂ ਵੀ ਕੁਝ ਐਸੇ ਆਰੋਪ ਸੀ ਕਿ ਜਿਹਦੇ ਵਿੱਚ ਜਰਮਨੀ ਵੱਲੋਂ ਇਹਨੂੰ ਕੱਢ ਦਿੱਤਾ ਜਾਣਾ ਸੀਗਾ ਉੱਥੋਂ, ਪਰ ਉੱਥੋਂ ਇਹ ਭੱਜ ਗਿਆ, ਫਰਾਰ ਹੋ ਗਿਆ, ਬਲੈਕ ਦੇ ਵਿੱਚ ਰਹਿਣ ਲੱਗ ਗਿਆ। ਇਸ ਤੋਂ ਇਲਾਵਾ ਜਿਹੜਾ ਇੱਕ ਮੁੰਡਾ ਸੀਗਾ ਹੋਰ ਜਿਹੜੀ ਤੁਹਾਨੂੰ ਕੱਲ੍ਹ ਖਬਰ ਦੱਸੀ ਸੀਗੀ ਅਸੀਂ 15 ਸਾਲ ਦਾ ਜਿਹੜਾ ਸੀਗਾ ਜਿਹਨੂੰ ਕਿ ਪੁਲਿਸ ਵੱਲੋਂ ਫੜਿਆ ਗਿਆ ਆ ਉਹਨੂੰ ਵੀ ਹੁਣ ਅਰੈਸਟ ਕੀਤਾ ਗਿਆ ਕਿਉਂਕਿ ਉਹਦੇ ਅਰੈਸਟ ਕਰ ਇਸ ਕਰਕੇ ਕੀਤਾ ਗਿਆ ਕਿਉਂਕਿ ਉਸ ਮੁੰਡੇ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜਾ ਟੈਰਿਸਟ ਸੀਗਾ ਬੰਦਾ ਇਸ ਦੇ ਨਾਲ, ਅਤੇ ਪੁਲਿਸ ਦਾ ਕਹਿਣਾ ਹੈ ਜੀ ਇਹਨੇ ਚੁੱਪ ਰੱਖਿਆ ਆਪਣੇ ਕੋਲ ਗੱਲ ਰੱਖੀ ਇਹਨੇ ਅੱਗੇ ਜਾ ਕੇ ਕੰਪਲੇਂਟ ਕਿਉਂ ਨਹੀਂ ਕੀਤੀ। ਇਸ ਤੋਂ ਇਲਾਵਾ ਇੱਕ ਹੋਰ ਬੰਦਾ ਸੀਰੀਆ ਦਾ ਜਿਹਦੀ ਉਮਰ 36 ਸਾਲ ਦੱਸੀ ਜਾ ਰਹੀ ਆ ਉਹਨੂੰ ਵੀ ਅਰੈਸਟ ਕੀਤਾ ਗਿਆ ਪੁਲਿਸ ਦੇ ਵੱਲੋਂ ਕਿਉਂਕਿ ਉਹ ਵੀ ਇਸ ਗੇਮ ਦੇ ਵਿੱਚ ਸ਼ਾਮਲ ਸੀ, ਅਤੇ ਜਿਹੜੇ ਬਾਕੀ ਹੋਰ 4 ਜਾਣੇ ਜਿਨ੍ਹਾਂ ਦੇ ਚਾਕੂ ਲੱਗੇ ਆ ਉਹਨਾਂ ਦੇ ਇਸ ਵਕਤ ਹਾਲਾਤ ਕਾਫੀ ਖਰਾਬ ਹੈ ਅਤੇ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ, ਹੋਸਪਿਟਲ ਵਿੱਚ ਹੈ ਉਹ। ਅਤੇ ਇਹਦੇ ਵਿੱਚ ਸਾਨੂੰ ਕੱਲ੍ਹ ਕਮੈਂਟ ਵੀ ਆਇਆ ਸੀ ਕਿਸੇ ਵੀਰ ਦੇ ਵਿੱਚ ਉਹ ਕਹਿ ਰਹੇ ਸੀ ਭਾਅ ਜੀ ਜਰਮਨੀ ਵਿੱਚ ਇਹ ਇੱਕ ਕੇਸ ਜਰਮਨੀ ਵਿੱਚ ਇੱਦਾਂ ਦੇ ਕੇਸ ਬਹੁਤ ਜ਼ਿਆਦਾ ਵਾਪਰਨ ਲੱਗ ਗਏ ਆ ਪਹਿਲਾਂ ਨਾਲੋਂ, ਅਤੇ ਉਹਨਾਂ ਦਾ ਕਹਿਣਾ ਹੈ ਵੀ ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿੱਥੇ ਕਿ ਕੋਈ ਇੱਦਾਂ ਦਾ ਘਟਨਾ ਜਰਮਨੀ ਵਿੱਚ ਨਾ ਵਾਪਰੇ। ਕਾਫੀ ਮਾੜੀ ਗੱਲ ਆ ਵੀ ਇਹਨਾਂ ਕੰਟਰੀਆਂ ਵਿੱਚ ਜਿਹੜੀਆਂ ਕਿ ਸ਼ਾਂਤ ਕੰਟਰੀਆਂ ਇਹਨਾਂ ਵਿੱਚ ਵੀ ਇਹਦਾ ਜਿਹੜੀ ਘਟਨਾਵਾਂ ਵਾਪਰਨ ਲੱਗ ਗਈਆਂ ਜਿਹੜੀਆਂ ਕਿ ਪਹਿਲਾਂ ਸ਼ਾਂਤ ਕੰਟਰੀਆਂ ਮੰਨੀਆਂ ਜਾਂਦੀਆਂ ਸੀਗੀਆਂ ਹੁਣ ਉਹ ਕੰਟਰੀਆਂ ਸ਼ਾਂਤ ਨਹੀਂ ਰਹੀਆਂ, ਹੁਣ ਕਾਫੀ ਜ਼ਿਆਦਾ ਨੁਕਸਾਨ ਇੱਥੇ ਹੋਣ ਲੱਗ ਗਿਆ। ਅਤੇ ਜੇਕਰ ਤੁਹਾਨੂੰ ਯਾਦ ਹੋਣਾ ਤਾਂ ਕਈ ਮਹੀਨੇ ਪਹਿਲਾਂ ਤੁਹਾਨੂੰ ਅਸੀਂ ਖਬਰ ਦੱਸੀ ਸੀ ਜਿਹਦੇ ਵਿੱਚ ਐਕਸਪੋਰਟਸ ਦਾ ਕਹਿਣਾ ਸੀਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਯੂਰਪ ਦੇ ਵਿੱਚ ਵੀ ਹਮਲੇ ਹੋਣਗੇ, ਯੂਰਪ ਦੇ ਵਿੱਚ ਵੀ ਟੈਰਿਸਟ ਅਟੈਕ ਹੋਣਗੇ ਅਤੇ ਯੂਰਪ ਨੂੰ ਇਸ ਤੋਂ ਬਚਣ ਦੀ ਲੋੜ ਆ। ਅਤੇ ਉਹੀ ਤਰੀਕੇ ਦੇ ਨਾਲ ਜਿਹੜੇ ਅਟੈਕ ਹੋਏ ਆ ਕੱਲ੍ਹ ਫਰਾਂਸ ਵਿੱਚ ਵੀ ਹੋਇਆ ਅਤੇ ਜਰਮਨੀ ਵਿੱਚ ਵੀ ਹੋਇਆ, ਅਤੇ ਉਹਦੇ ਵਿੱਚ ਵੀ ਕਿਹਾ ਗਿਆ ਸੀਗਾ ਇਟਲੀ ਵਾਸਤੇ ਵੀ ਖਤਰਾ ਆ, ਪਰ ਉਮੀਦ ਕਰਦੇ ਹਾਂ ਵੀ ਇਦਾਂ ਦੀ ਕੋਈ ਘਟਨਾ ਨਾ ਵਾਪਰੇ ਕਿਸੇ ਵੀ ਕੰਟਰੀ ਦੇ ਵਿੱਚ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਜਿਹੜਾ ਟੈਲੀਗ੍ਰਾਮ ਹੈ, ਟੈਲੀਗ੍ਰਾਮ ਦਾ ਜਿਹੜਾ ਬੰਦਾ ਫਾਊਂਡਰ ਜਿਹਨੇ ਟੈਲੀਗ੍ਰਾਮ ਬਣਾਇਆ ਇਹ ਐਪ,
ਪਾਵੇਲ ਦੌਰਵ ਨਾਮ ਹੈ ਇਸ ਦਾ। ਅਤੇ ਇਹ ਬੰਦੇ ਨੂੰ ਅਰੈਸਟ ਕੀਤਾ ਗਿਆ ਜੇ ਪੁਲਿਸ ਦੇ ਵੱਲੋਂ ਦੱਸਿਆ, ਇਹਨੂੰ ਅਰੈਸਟ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਚੋਰੀ ਕਰਕੇ ਹੋਰ ਪਾਸੇ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਇੱਕ ਗੌਰਮੈਂਟ ਦੂਜੀ ਗੌਰਮੈਂਟ ਨੂੰ। ਅਤੇ ਜਿਸ ਚੱਲਦਿਆਂ ਇਹਨੂੰ ਇਸ ਵਕਤ ਅਰੈਸਟ ਕਰ ਲਿਆ ਗਿਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਜਿਹੜਾ ਇਲਾਕਾ ਲੱਗਦਾ ਹੈ ਫਰੋਜ਼ੀ ਨੋਨੇ ਅਤੇ ਲਤੀਨਾ ਦੇ ਵਿਚਕਾਰ, ਸੜਕ ਦੇ ਉੱਤੇ ਰਾਤ ਨੂੰ ਦੋ ਕਾਰਾਂ ਟਕਰਾ ਗਈਆਂ ਆਪਸ ਦੇ ਵਿੱਚ, ਜਿਹਦੇ ਵਿੱਚ ਇੱਕ 21 ਸਾਲ ਦੇ ਲੜਕੇ ਦੀ ਜਾਨ ਚਲੇ ਗਈ ਇਸ ਹਾਦਸੇ ਦੇ ਵਿੱਚ, ਅਤੇ ਦੋ ਹੋਰ ਲੜਕੇ ਜਿਹੜੇ ਕਿ ਇਸ ਵਕਤ ਉਹਨਾਂ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਆ। ਇੱਕ ਹੋਰ ਘਟਨਾ ਵਾਪਰੀ ਹੈਗੀ ਹੈ, ਇਹ ਵੀ ਘਟਨਾ ਜਿਹੜੀ ਵਾਪਰੀ ਹੈ ਜੀ, ਇੱਕ ਛੋਟੀ ਗੱਡੀ ਜਿਹੜੀ ਹੁੰਦੀ ਹੈ ਸਮਾਰਟ, ਤੁਸੀਂ ਦੇਖੀ ਹੋਣੀ ਆ, ਉਹਦੇ ਵਿੱਚ ਚਾਰ ਲੋਕ ਸਵਾਰ ਸੀਗੇ ਉਸ ਗੱਡੀ ਦੇ ਵਿੱਚ। ਅਤੇ ਜਿਸ ਵਕਤ ਇਹ ਗੱਡੀ ਜਾ ਰਹੀ ਸੀਗੀ ਅਤੇ ਗੱਡੀ ਦਾ ਬੈਲੈਂਸ ਖਰਾਬ ਹੋ ਜਾਂਦਾ ਅਤੇ ਗੱਡੀ ਪਲਟ ਜਾਂਦੀ ਆ, ਪਲਟਲ ਦੇ ਚੱਲਦੇ ਇੱਕ ਛੋਟੀ ਬੱਚੀ ਹੁੰਦੀ 8 ਸਾਲ ਦੀ ਇਹਦੇ ਵਿੱਚ, ਅਤੇ ਉਹਦੀ ਜਾਨ ਚਲੀ ਗਈ ਆ। ਅਤੇ ਹੁਣ ਪੁਲਿਸ ਵੱਲੋਂ ਜਿਸ ਵਿੱਚ ਜਾਣਕਾਰੀ ਕੱਢੀ ਗਈ ਹੈ ਅਤੇ ਪਤਾ ਲੱਗਾ ਵੀ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀਗਾ ਜੀ, ਉਹ ਬਿਨਾਂ ਲਾਇਸੈਂਸ ਤੋਂ ਸੀਗਾ, ਉਹਦੇ ਕੋਲ ਲਾਇਸੈਂਸ ਹੈ ਨਹੀਂ ਸੀ, ਅਤੇ ਉਹਦੀ ਉਮਰ 47 ਸਾਲ ਦੱਸੀ ਜਾ ਰਹੀ ਹੈ। ਫਰਾਂਚੈਸਕੋ ਦਾ ਅਲਤਰੀਓ ਨਾਮ ਸੀ ਉਹਦਾ, ਅਤੇ ਇਹਦਾ ਪਿਓ ਹੀ ਸੀ ਕੁੜੀ ਦਾ। ਇਸ ਤੋਂ ਬਾਅਦ ਇੱਕ ਹੋਰ ਖਬਰ ਆਈ ਹੈ, ਇਹ ਜਿਹੜੀ ਖਬਰ ਹੈਗੀ ਹੈ ਜੀ, ਲੋਕੋਰੋ ਤੋਂਦੋ ਨਾਮ ਦਾ ਇਲਾਕਾ ਆ, ਉਹਦੇ ਵਿੱਚੋਂ ਆਈ ਹੈ। ਇਸ ਇਲਾਕੇ ਦੇ ਵਿੱਚ ਰਾਤ ਨੂੰ ਕੀ ਹੋਇਆ ਜੀ, ਕਾਰਨੇਰੀ ਦੇ ਬੰਦੇ ਨੂੰ ਕੁੱਟਿਆ ਗਿਆ। ਇਹ ਕਾਰਨੇਰੀ ਦਾ ਬੰਦਾ ਜਿਸ ਵੇਲੇ ਡਿਊਟੀ ਕਰ ਰਿਹਾ ਸੀਗਾ ਆਪਣੀ, ਅਤੇ ਉੱਥੇ ਤੇ ਜਿਹੜੀ ਕੁਝ ਮੰਡੀਰ ਪਾਰਟੀ ਸੀਗੀ ਉਹਨਾਂ ਵੱਲੋਂ ਕਾਰਨੇਰੀ ਨੂੰ ਹੀ ਕੁੱਟ ਲਿਆ ਗਿਆ, ਅਤੇ ਇਹਦੀ ਜਿਹੜੀ ਹੈ ਵੀਡੀਓ ਬਣਾਈ ਹੈ ਅਤੇ ਵੀਡੀਓ ਔਨਲਾਈਨ ਬਾਰੀ ਹੋ ਗਈ, ਬਾਰੀ ਇਲਾਕੇ ਦੇ ਵਿੱਚ ਵੀਡੀਓ ਵਾਇਰਲ ਹੋ ਗਈ। ਅਤੇ ਉਸ ਬੰਦੇ ਦੇ ਇਹਨਾਂ ਨੇ ਮੁੱਕੇ ਵੀ ਮਾਰੇ, ਲੱਤਾਂ ਵੀ ਮਾਰੀਆਂ, ਜਾਣੀ ਕਿ ਕਾਫੀ ਜ਼ਿਆਦਾ ਉਹਨੂੰ ਕੁੱਟਿਆ ਵੀ ਗਿਆ। ਉਸ ਤੋਂ ਬਾਅਦ ਹੁਣ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਅਤੇ ਉਹਨਾਂ ਸਾਰੇ ਬੰਦੇ ਨੂੰ ਉਹਦੇ ਉੱਤੇ ਰਿਪੋਰਟ ਦਰਜ ਕਰਾਈ ਗਈ ਹੈ, ਅਤੇ ਵੀਡੀਓ ਵਿੱਚ ਉਹਨਾਂ ਦੇ ਸ਼ਕਲਾਂ ਵੀ ਆ ਗਈਆਂ ਸੀ, ਇਹਦੇ ਚੱਲਦੀਆਂ ਫੜਨਾ ਵੀ ਸੌਖਾ ਆ। ਅਤੇ ਇਹ ਖਾਸ ਕਰਕੇ ਕਿ ਜਿਹੜਾ 45 ਸਾਲ ਦੇ ਵਿੱਚ ਬੰਦਾ ਸੀਗਾ ਇਹਦੇ, ਅਤੇ ਉਸ ਤੋਂ ਪਹਿਲਾਂ ਉਹਦੇ ਉੱਤੇ ਵੀ ਇਹੋ ਜਿਹੇ ਆਰੋਪ ਲੱਗੇ ਹੋਏ ਸੀਗੇ, ਪਰ ਇਸ ਵਾਰ ਉਹ ਪ੍ਰੋਪਰ ਜਿਹੜਾ ਆ ਫੜਿਆ ਗਿਆ ਆ, ਕਿਉਂਕਿ ਉਹਦੀ ਸ਼ਕਲ ਵੀ ਵਿੱਚ ਆਈ, ਇਸ ਵਕਤ ਹੱਥ ਚੱਕ ਰਿਹਾ ਸੀਗਾ। ਇਹਦੇ ਉੱਤੇ ਸਰਕਾਰ ਦਾ ਵੀ ਇੱਕ ਬਿਆਨ ਆਉਂਦਾ, ਸਰਕਾਰ ਕਹਿ ਰਹੀ ਆ ਵੀ ਜੇਕਰ ਸਾਡੇ ਪੁਲਿਸ ਦੇ ਬੰਦਿਆਂ ਦੇ ਨਾਲ ਇੱਦਾਂ ਦੇ ਕੁਛ ਜਿਹੜੀ ਘਟਨਾਵਾਂ ਵਾਪਰਨਗੀਆਂ ਤਾਂ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ, ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ, ਅਤੇ ਇਹ ਕਿਉਂਕਿ ਇਟਲੀ ਵਿੱਚ ਅਸੀਂ ਇਹਦੇ ਕੰਮ ਜਿਹੜੇ ਬਰਦਾਸ਼ਤ ਨਹੀਂ ਕਰਨੇ। ਜਿਹੜੀ ਹੁਣ ਇਸ ਵਕਤ ਕਾਰਨੇ ਦੇ ਹੈੱਡ ਆ ਜੀ, ਉਹਨਾਂ ਨੇ ਗੌਰਮੈਂਟ ਨੂੰ ਇੱਕ ਰਿਕੁਐਸਟ ਕੀਤੀ, ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਮੀਟਿੰਗ ਕਰਨੀ ਪੈਣੀ ਆ, ਗੌਰਮੈਂਟ ਨਾਲ ਮੀਟਿੰਗ ਰੱਖੋ ਸਾਡੀ, ਅਤੇ ਇਸ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਆ ਅਧਿਕਾਰ ਮੰਗੀਏ ਆਪਣੇ, ਕਿਉਂਕਿ ਇਹ ਇੱਕ ਵਾਰ ਨਹੀਂ, ਕਈ ਵਾਰ ਹੋ ਚੁੱਕਾ ਵੀ ਲੋਕ ਕਾਰਨੇ ਦੇ ਹੱਥ ਚੱਕਦੇ ਆ, ਅਤੇ ਪੁਲਿਸ ਨੂੰ ਪਾਵਰ ਦਿੱਤੀ ਜਾਵੇ ਹੋਰ ਜ਼ਿਆਦਾ, ਤਾਂ ਕਿ ਕੋਈ ਹੱਥ ਚੱਕਣ ਤੋਂ ਡਰੇ, ਅਤੇ ਜੇਕਰ ਸਾਡੇ ਨਾਲ ਇੱਦਾਂ ਦੇ ਬੰਦਿਆਂ ਨਾਲ ਘਟਨਾ ਵਾਪਰੇ ਤਾਂ ਅਸੀਂ ਫਿਰ ਉਹਨਾਂ ਨੂੰ ਸੈੱਟ ਕਰ ਸਕੀਏ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਇੱਕ ਨਵੀਂ ਜਿਹੜੀ ਬਿਮਾਰੀ ਆ ਰਹੀ ਹੈਗੀ ਹੈ ਕਾਫੀ ਜ਼ਿਆਦਾ, ਇਹ ਬਿਮਾਰੀ ਅਫਰੀਕਾ ਤੋਂ ਚਾਲੂ ਹੋਈ ਹੈ, ਅਤੇ ਅਫਰੀਕਾ ਤੋਂ ਸਟਾਰਟ ਹੋ ਕੇ ਹੁਣ ਇਸ ਵਕਤ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਿਮਾਰੀ ਫੈਲਦੀ ਜਾ ਰਹੀ ਆ। WHO ਨੇ ਵੀ ਇਸ ਦੇ ਉੱਤੇ ਕਹਿ ਦਿੱਤਾ ਆ ਬਈ ਇਹ ਬਿਮਾਰੀ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਾਸਤੇ ਫਿਰ ਤੋਂ ਇੱਕ ਪ੍ਰੋਬਲਮ ਕ੍ਰੀਏਟ ਕਰ ਸਕਦੀ ਆ। ਹਾਲਾਂਕਿ ਇਟਲੀ ਦੇ ਵਿੱਚ ਜਿਹੜਾ ਐਮਪੋਕਸ ਇਹ ਵਾਇਰਸ ਆ, ਮੌਂਕੀ ਪੋਕਸ ਜਿਹਨੂੰ ਕਹਿ ਦਿੰਦੇ ਆ, ਇਟਲੀ ਵਿੱਚ ਹਾਲੇ ਤੱਕ ਨਹੀਂ ਪਹੁੰਚਿਆ ਅਤੇ ਕੋਈ ਵੀ ਐਸਾ ਕੇਸ ਇਸ ਵਾਇਰਸ ਦਾ ਇਟਲੀ ਵਿੱਚ ਨਹੀਂ ਆਇਆ, ਪਰ ਯੂਰਪ ਦੇ ਵਿੱਚ ਆ ਚੁੱਕਾ ਆ। ਇਸ ਦੇ ਉੱਤੇ ਜਿਹੜੇ ਕ੍ਰਿਸਚਨ ਧਰਮ ਦੇ ਪੋਪ ਆ, ਜਿਹੜੇ ਹੈੱਡ ਆ, ਉਹਨਾਂ ਦਾ ਬਿਆਨ ਆਉਂਦਾ ਆ, ਉਹ ਕਹਿ ਰਹੇ ਆ ਜੀ ਅਸੀਂ ਜਿੰਨੀਆਂ ਵੀ ਇੰਡਸਟਰੀ ਆ, ਜਿਹੜੀਆਂ ਪ੍ਰਾਈਵੇਟ ਇੰਡਸਟਰੀਆਂ ਅਤੇ ਗੌਰਮੈਂਟ ਆ, ਇਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਇਸ ਚੀਜ਼ ਦੀ ਜਲਦ ਤੋਂ ਜਲਦ ਟ੍ਰੀਟਮੈਂਟ ਲੈ ਕੇ ਆਵੋ, ਅਤੇ ਵੱਧ ਤੋਂ ਵੱਧ ਟ੍ਰੀਟਮੈਂਟ ਇਸ ਦਾ ਕੀਤਾ ਜਾਵੇ ਦੁਨੀਆ ਵਿੱਚ, ਤਾਂ ਕਿ ਇੱਦਾਂ ਦੀ ਕੋਈ ਘਟਨਾ ਦੁਬਾਰਾ ਨਾ ਵਾਪਰ ਜਾਵੇ। ਨਾਲ ਦੇ ਨਾਲ ਇਹਨਾਂ ਨੇ ਵੀ ਕਿਹਾ ਵੀ ਇਸ ਵਕਤ ਕਈ ਹਜ਼ਾਰਾਂ ਦੇ ਵਿੱਚ ਬੰਦੇ ਇਸ ਚੀਜ਼ ਤੋਂ ਪੀੜਤ ਹੋ ਚੁੱਕੇ ਆ, ਜਿਨ੍ਹਾਂ ਨੂੰ ਇਹ ਬਿਮਾਰੀ ਘੇਰ ਲਈ ਆ, ਅਤੇ ਇਸੇ ਕਰਕੇ WHO ਨੇ ਵੀ WHO ਨੂੰ ਇੰਟਰਨੈਸ਼ਨਲ ਜਿਹੜੀ ਲੈਵਲ ਦੇ ਉੱਤੇ ਇੱਕ ਵਾਰਨਿੰਗ ਅਤੇ ਇੱਕ ਐਮਰਜੈਂਸੀ ਰੂਪ ਦੇ ਵਿੱਚ ਲਾਗੂ ਕੀਤਾ ਹੋਇਆ ਆ। ਪਰ ਅਫਰੀਕਾ ਦੇ ਵਿੱਚ ਜਿਹੜੇ ਇਸ ਵਕਤ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਆ ਐਮਪੋਕਸ ਬਿਮਾਰੀ ਦੇ ਨਾਲ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਰਾਗੂਸਾਨੂ ਇਲਾਕਾ ਇਟਲੀ ਵਿੱਚ ਜਿਹੜਾ ਲੱਗਦਾ ਆ, ਇਸ ਇਲਾਕੇ ਦੇ ਵਿੱਚ ਇੱਕ ਮੋਨੋਪਾਤੀ ਨੂੰ ਜਾ ਰਿਹਾ ਸੀਗਾ, ਅਤੇ ਇਹਦੇ ਉੱਤੇ ਦੋ ਮੁੰਡੇ ਬੈਠੇ ਹੋਏ ਸੀਗੇ, ਚਲਾ ਰਹੇ ਸੀ ਇਸ ਨੂੰ,
ਤੇ ਇੱਕ ਗੱਡੀ ਆਉਂਦੀ ਹੈ ਤੇ ਗੱਡੀ ਇਹਦੇ ਵਿੱਚ ਆ ਕੇ ਲੱਗਦੀ ਹੈ, ਜਿਹਦੇ ਵਿੱਚ ਦੋਨੇ ਜਿਹੜੇ ਲੜਕੇ ਹੁੰਦੇ ਜਿਹੜੇ ਕਿ ਮੋਨੋਪਾਤ ਨੂੰ ਚਲਾ ਰਹੇ ਹੁੰਦੇ ਆ, ਉਹਨਾਂ ਦੀ ਮੌਤ ਹੋ ਗਈ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਕਾਲੀਆਰੀ ਇਲਾਕੇ ਤੋਂ। ਕਾਲੀਆਰੀ ਇਲਾਕੇ ਦੇ ਵਿੱਚ ਇੱਕ ਜੰਗਲਾਂ ਦੇ ਵਿੱਚ ਜਿਹੜੀ ਪੁਲਿਸ ਹੁੰਦੀ ਆ, ਕੋਰਪੋ ਫੋਰੈਸਟਾਲੇ, ਫੋਰੈਸਟ ਪੁਲਿਸ, ਇੱਕ ਜਗ੍ਹਾ 'ਤੇ ਅੱਗ ਲੱਗ ਗਈ ਹੈ ਅਤੇ ਇਹ ਬੰਦਾ ਜਿਹੜਾ ਆ ਜੀ ਪੁਲਿਸ ਵਾਲਾ ਅੱਗ ਨੂੰ ਬੁਝਾਉਣ ਜਾਂਦਾ ਆ ਆਪਣੀ ਜਿਹੜੀ ਜੀਪ ਲੈ ਕੇ, ਅਤੇ ਅਚਾਨਕ ਇਹਨਾਂ ਦਾ ਆਪਣਾ ਇਹ ਗੱਡੀ ਜਿਹੜੀ ਹੈ ਕਿਸੇ ਚੀਜ਼ ਦੇ ਵਿੱਚ ਲੱਗਦੀ ਹੈ, ਯਾਨੀ ਕਿ ਇੱਕ ਹੋਰ ਗੱਡੀ ਦੇ ਵਿੱਚ ਇਹਨਾਂ ਦੀ ਗੱਡੀ ਲੱਗਦੀ ਹੈ, ਅਤੇ ਜਿਹਨਾਂ ਚੱਲਦਿਆਂ ਇਸ ਏਜੰਟ ਦੀ ਜਾਨ ਚਲੀ ਜਾਂਦੀ ਹੈ। ਸਿਰਫ 24 ਸਾਲ ਦੀ ਇਹਨਾਂ ਦੀ ਉਮਰ ਸੀਗੀ। ਉਸ ਤੋਂ ਬਾਅਦ ਜੀ ਅੱਜ ਕੰਪੋ ਲੋਂਗੋ ਮੰਜੂਰੇ, ਇਹ ਇਸ ਇਲਾਕੇ ਦੇ ਵਿੱਚ ਇੱਕ ਜਹਾਜ਼ ਜਿਹੜਾ ਹੁੰਦਾ ਆ, ਬਹੁਤ ਛੋਟੇ ਜਹਾਜ਼ ਜਿਹੜੇ ਹੁੰਦੇ ਆ, ਉਹ ਡਿੱਗ ਪਿਆ, ਕਰੈਸ਼ ਹੋ ਗਿਆ ਜਹਾਜ਼, ਇਹਦੇ ਵਿੱਚ ਜਿਹੜਾ ਪਾਇਲਟ ਸੀਗਾ ਉਹਦੀ ਜਾਨ ਚਲੀ ਗਈ ਹੈ ਅਤੇ ਨਾਲ ਇੱਕ ਔਰਤ ਬੈਠੇ ਸੀਗੇ ਪਿੱਛੇ, ਉਹਨਾਂ ਦੀ ਜਾਨ ਦਾ ਬਚਾਅ ਹੋ ਗਿਆ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਐਪਲ ਨੂੰ ਲੈ ਕੇ। ਐਪਲ ਦਾ ਜਿਹੜਾ ਹਰ ਸਾਲ ਨਵਾਂ ਮਾਡਲ ਆਉਂਦਾ ਆਈਫੋਨ ਦਾ, ਅਤੇ ਇਸ ਸਾਲ ਜਿਹੜਾ ਆਈਫੋਨ 16 ਆ ਰਿਹਾ ਆ, ਇਹਦੇ ਵਿੱਚ ਦੱਸਿਆ ਜਾ ਰਿਹਾ ਜੀ ਇਸ ਵਕਤ ਐਪਲ ਜਿਹੜਾ ਆ ਬਹੁਤ ਕੁਛ ਚੇਂਜਿੰਗ ਕਰਨ ਜਾ ਰਿਹਾ ਇਸ ਦੇ ਵਿੱਚ ਨਵੇਂ ਮਾਡਲ ਦੇ ਵਿੱਚ, ਅਤੇ ਇਹਦੇ ਵਿੱਚ ਕਈ ਨਵੇਂ ਜਿਹੜੇ ਫੀਚਰ ਆ ਰਹੇ ਆ, ਜਿਹਦੇ ਵਿੱਚ ਹੁਣ ਜਿਹੜੀਆਂ ਪਹਿਲੀਆਂ ਐਪਲ ਦੀਆਂ ਭਰੀਆਂ ਐਪ ਹੁੰਦੀਆਂ ਜਿਹੜੀ ਤੁਸੀਂ ਅੱਗੇ ਡਿਲੀਟ ਨਹੀਂ ਕਰ ਸਕਦੇ ਸੀਗੇ, ਹੁਣ ਤੁਸੀਂ ਉਹ ਐਪ ਵੀ ਡਿਲੀਟ ਕਰ ਸਕਦੇ ਆ, ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਆਪਸ਼ਨਸ ਜਿਹੜੀਆਂ ਮਿਲ ਰਹੀਆਂ ਨਵੇਂ ਫੋਨ ਦੇ ਵਿੱਚ। ਅਤੇ ਇਹਦੀ ਲਾਂਚਿੰਗ ਦੱਸੀ ਜਾ ਰਹੀ ਹੈ ਜੀ ਤਕਰੀਬਨ 10 ਸਤੰਬਰ ਨੂੰ ਜਿਹੜਾ ਇਵੈਂਟ ਕੀਤਾ ਜਾਣਾ, ਅਤੇ ਉਹਦੇ ਵਿੱਚ ਨਵੇਂ ਫੋਨ ਲਾਂਚ ਕੀਤੇ ਜਾਣਗੇ ਹਰ ਸਾਲ ਦੀ ਤਰ੍ਹਾਂ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਅਬਿਆਤੇ ਗ੍ਰਾਸੋ ਇਲਾਕੇ ਦੇ ਵਿੱਚ, ਇੱਕ ਸਾਈਕਲ ਸਵਾਰ ਬੰਦਾ ਜਾ ਰਿਹਾ ਸੀਗਾ ਅਤੇ ਇੱਕ ਗੱਡੀ ਆਉਂਦੀ ਵਿੱਚ ਲੱਗਦੀ ਉਹਦੇ, ਅਤੇ ਆਪ ਗੱਡੀ ਵਾਲਾ ਭੱਜ ਜਾਂਦਾ ਆ। ਇਸ ਵਕਤ ਹਾਲਾਤ ਕਾਫੀ ਖਰਾਬ ਹੈ। ਅਤੇ ਇਸ ਤੋਂ ਇਲਾਵਾ ਕੁਝ ਵੀਰਾਂ ਦੇ ਕਮੈਂਟ ਸੀਗੇ ਇਮੀਗ੍ਰੇਸ਼ਨ ਨੂੰ ਲੈ ਕੇ। ਇਮੀਗ੍ਰੇਸ਼ਨ ਬਾਰੇ ਆਪਣੇ ਵੀਰ ਪੁੱਛ ਰਹੇ ਆ, ਭਾਅ ਜੀ ਅਸੀਂ ਪੇਪਰ ਆਪਣੇ ਭਰੇ ਹੋਏ ਆ ਇਸ ਸਾਲ, ਅਤੇ ਪੇਪਰ ਨਿਕਲਣ ਦੀ ਸੰਭਾਵਨਾ ਸਾਡੀ ਹੈ ਕੋਈ ਜਾਂ ਨਹੀਂ ਹੁਣ, ਕਿਉਂਕਿ ਤਕਰੀਬਨ ਸਤੰਬਰ ਮਹੀਨਾ ਲੱਗ ਆ ਚੱਲਾ ਆ। ਅਤੇ ਦੱਸ ਦਈਏ ਤੁਹਾਨੂੰ ਜੀ ਪੇਪਰ ਜਿਹੜੇ ਆ ਕਈਆਂ ਵੀਰਾਂ ਦੇ ਨਿਕਲਦੇ ਪਏ ਆ, ਹਾਲੇ ਵੀ ਮੁੱਲੇ ਉਸ 'ਤੇ ਜਿਹੜੇ ਆ ਨਵੇਂ ਨਿਕਲਦੇ ਪਏ ਆ, ਪਰ ਬਹੁਤ ਘੱਟ ਹੈ ਪਰ ਨਿਕਲਦੇ ਪਏ ਆ। ਸੋ ਇਸ ਕਰਕੇ ਤੁਹਾਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਆਪਣੀ ਆਸ ਛੱਡ ਦਿਓ ਜਾਂ ਤੁਹਾਡੇ ਪੇਪਰ ਹੁਣ ਨਿਕਲਣੇ ਨਹੀਂ ਹੈਗੇ। ਬਾਕੀ ਡਿਪੈਂਡ ਕਰਦਾ ਹੈ ਤੁਸੀਂ ਕਿਹੜੇ ਇਲਾਕੇ ਵਿੱਚ ਪੜ੍ਹੇ ਆ, ਅਤੇ ਕਿਸ ਇਲਾਕੇ ਵਿੱਚ ਤੁਸੀਂ ਪੇਪਰ ਆਪਣੇ ਅਪਲਾਈ ਕੀਤੇ ਆ, ਅਤੇ ਉਹ ਟਾਈਮਿੰਗ ਕਿਹੜੀ ਹੈ ਤੁਹਾਡੀ, ਉਸ ਇਲਾਕੇ ਦੇ ਵਿੱਚ ਡਿਮਾਂਡ ਕਿੰਨੀ ਹੈ ਕੰਮ ਦੀ, ਕਿੰਨੇ ਟੋਟਲ ਪੇਪਰ ਭਰੇ ਗਏ ਆ, ਜਿਸ ਮਾਲਕ ਤੁਸੀਂ ਪੇਪਰ ਭਰੇ ਆ। ਸੋ ਕਈ ਚੀਜ਼ਾਂ ਡਿਪੈਂਡ ਕਰਦੀਆਂ ਇਹਦੇ ਉੱਤੇ। ਸੋ ਇਸ ਕਰਕੇ ਤੁਹਾਨੂੰ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਪੇਪਰ ਤੁਹਾਡੇ ਨਿਕਲਣੇ ਜਾਂ ਨਹੀਂ ਨਿਕਲਣੇ। ਸੋ ਇਹ ਅਸੀਂ ਅੱਗੇ ਵੀ ਦੱਸਿਆ ਆਪਣੇ ਵੀਰਾਂ ਨੂੰ ਵੀ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਦੇ ਸਕਦਾ ਯੂਟਿਊਬ ਦੇ ਉੱਤੇ ਕੋਈ ਵੀ ਬੰਦਾ ਹੋਵੇ। ਬਾਕੀ ਸਾਨੂੰ ਜੇਕਰ ਕੋਈ ਨਵੀਂ ਅਪਡੇਟ ਮਿਲਦੀ ਪੇਪਰ ਤੁਹਾਨੂੰ ਆਪਾਂ ਸ਼ੇਅਰ ਜ਼ਰੂਰ ਕਰ ਦਵਾਂ ਜੇਕਰ ਕੋਈ ਨਵੀਂ ਅਪਡੇਟ ਸਾਨੂੰ ਮਿਲਦੀ ਹੈ ਤਾਂ। ਬਾਕੀ ਇਹ ਹੈ ਜੀ ਅੱਜ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟ ਮਿਲਦੀਆਂ ਤੁਹਾਨੂੰ ਕੱਲ੍ਹ ਦੀਆਂ ਖਬਰਾਂ ਨਾਲ। ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।